ਤੇ ਇੱਥੇ ਗਰੀਬ ਬੰਦੇ ਸਾਰਾ ਸਾਲ ਚਟਨੀ ਨਾਲ ਹੀ ਕੰਮ ਚਲਾਉਣਾ ਪੈਂਦਾ ਕਹਿੰਦੇ ਹਮੇ ਤੋ ਸਭ ਪਤਾ ਹੋਤਾ ਹੈ ਬਾਊ ਜੀ ਪਰ ਮੇਰਾ ਤਾਪ ਪੁੱਤ ਸ਼ਹਿਰੀ ਬਾਊ ਤਾਂ ਚਲੇ ਗਏ ਪਰ ਮੇਰਾ ਤਾਪ ਇਸ ਬੱਚੇ ਨੂੰ ਕਿੰਨਾ ਕੁ ਤਾਪ ਚੜਿਆ ਹੈ ਪਿੰਡੇ ਤੇ ਹੱਥ ਰੱਖ ਕੇ ਜਾਚੀਏ ਜਾਂ ਇਹ ਪੁੱਛੀਏ ਕਿ ਇਹਦੇ ਘਰੋਂ ਰੋਟੀ ਕਿਉਂ ਨਹੀਂ ਆਈ ਅੱਜ ਸ਼ਹਿਰੀ ਬਾਬੂਆਂ ਦਾ ਹੱਕ ਨਹੀਂ ਸੀ ਬਣਦਾ ਇਹ ਜਾਂਚ ਪੜਤਾਲ ਕਰਨ ਦਾ ਕਿ ਇਹੀ ਸਾਡੀਆਂ ਪੜ੍ਹਾਈਆਂ ਨੇ ਜੋ ਬੰਦੇ ਅੰਦਰੋਂ ਹਮਦਰਦੀ ਤੇ ਇਨਸਾਨੀਅਤ ਨਾਂ ਦੀ ਚੀਜ਼ ਹੀ ਮੁਕਾ ਦੇਣ ਖੈਰ ਬਾਹਰੂ ਡਿੱਗਦਾ ਢਿੰਦਾ ਸ਼ਾਮੀ ਘਰ ਪਹੁੰਚਿਆ ਕਿਉਂਕਿ ਜਿਹੜੇ ਬਾਗ 'ਚੋਂ ਰਾਖੀ ਦਾ ਕੰਮ ਕਰਦਾ ਸੀ ਉੱਥੋਂ ਉਹਦਾ ਘਰ ਬਹੁਤ ਦੂਰ ਸੀ ਸ਼ਾਮ ਨੂੰ ਘਰ ਪਹੁੰਚਿਆ ਤੇ ਮੰਜੀ ਤੇ ਲੰਮਾ ਪੈ ਗਿਆ ਉਹਦੀ ਮਾਂ ਤੇ ਭਾਬੀ ਵੀ ਆ ਗਈਆਂ ਕਿੱਥੋਂ ਆਈਆਂ ਪਿੰਡ 'ਚ ਗੋਹੇ ਕੂੜੇ ਦਾ ਕੰਮ ਕਰਦੀਆਂ ਸੀ ਦੋਵੇਂ ਘਰਾਂ ਦਾ ਕੰਮ ਮੁਕਾ ਕੇ ਨੌ ਸੱਸ ਮੁੜੀਆਂ ਨੇ ਤੇ ਪੁੱਤ ਮੰਜੇ ਤੇ ਪਿਆ ਆਓ ਸੁਣਦੇ ਹਾਂ ਕਿ ਪੁੱਤ ਤੇ ਮਾਂ ਦੇ ਵਿੱਚ ਕੀ ਵਾਰਤਾਲਾਪ ਹੁੰਦੀ ਹੈ ਵੇ ਪੁੱਤ ਬਾਰੂ ਮੈਂ ਤੂੰ ਮੁੜ ਆਇਆ ਵੇ ਸੁੱਖ ਤਾਂ ਹੈ ਬੇਬੇ ਤਾਪ ਚੜ ਗਿਆ ਅੱਜ ਮੈਨੂੰ ਹਾਂ ਤਾਪ ਚੜ ਗਿਆ ਵੇ ਸ਼ਾਹ ਨੇ ਕੋਈ ਦਵਾਈ ਬੂਟੀ ਕਰਾਈ ਤੈਨੂੰ ਉਹਨੇ ਦਵਾਈ ਕੀ ਦਵਾਉਣੀ ਸੀ ਉਹਨੇ ਤਾਂ ਮੈਨੂੰ ਗਾਲਾਂ ਕੱਢੀਆਂ ਨਾਲੇ ਕੰਮ ਤੋਂ ਕੱਢ ਦਿੱਤਾ ਹਾਂ ਹੈ ਵੇ ਕੰਮ ਤੋਂ ਕੱਢ ਦਿੱਤਾ ਵੇ ਕੀ ਗੱਲ ਹੋ ਗਈ ਕੀ ਗੱਲ ਹੋਣੀ ਸੀ ਬੇਬੇ ਤੂੰ ਕਿਹੜਾ ਰੋਟੀ ਲੈ ਕੇ ਆ ਗਈ ਵੇ ਪੁੱਤ ਵੇ ਆਟਾ ਮੁੱਕਿਆ ਪਿਆ ਸੀ ਘਰੇ ਰੋਟੀ ਕਿੱਥੋਂ ਲੈ ਆਉਂਦੀ ਕੋਈ ਵੀ ਮਾਂ ਨਹੀਂ ਚਾਹੁੰਦੀ ਕਿ ਉਹਦਾ ਬੱਚਾ ਭੁੱਖਾ ਰਹੇ ਕਹਿੰਦੀ ਪੁੱਤ ਆਟਾ ਮੁੱਕਿਆ ਪਿਆ ਸੀ ਘਰੇ ਰੋਟੀ ਕਿੱਥੋਂ ਲੈ ਕੇ ਆ ਜਾਂਦੀ ਤੇਰੇ ਵਾਸਤੇ ਬਾਰੂ ਹੋਰ ਦੁੱਖ ਦਰਦ ਫੋਲ ਰਿਹਾ ਹੈ ਆਪਣੀ ਮਾਂ ਨਾਲ ਬੇਬੇ ਫਿਰ ਕੀ ਹੋਣਾ ਸੀ ਭੁੱਖ ਬਾਹਲੀ ਲੱਗੀ ਸੀਗੀ ਤੂੰ ਆਈ ਨੀ ਮੈਂ ਲੁਗਾਠਾਂ ਖਾਲੀਆਂ ਤੋੜ ਕੇ ਤਾਪ ਚੜ ਗਿਆ ਮੈਂ ਆਖਿਆ ਨਾ ਦੋ ਘੜੀ ਲੰਮਾ ਪਿਆ ਲੈਣਾ ਲੰਮਾ ਪਿਆ ਸੀ ਉੱਤੋਂ ਦੀ ਸ਼ਾਹ ਆ ਗਿਆ ਲੱਗ ਪਿਆ ਗਾਲਾਂ ਕੱਢਣ ਮੈਨੂੰ ਲੱਤਾਂ ਵੀ ਮਾਰਨ ਲੱਗ ਗਿਆ ਮੈਂ ਕਿਹਾ ਸ਼ਾਹ ਜੀ ਗਾਲਾਂ ਨਾ ਕੱਢੋ ਮਜਬੂਰੀ ਦੇਖੋ ਗਰੀਬ ਮਾਂ ਦੀ ਨਹੀਂ ਤੇ ਕੋਈ ਗਾਲ ਕੱਢੇ ਸਾਨੂੰ ਤਾਂ ਜੀ ਕਰਦਾ ਸਿਰ ਪਾੜ ਦੀਏ ਗਾਲ ਕੱਢਣ ਵਾਲੇ ਦਾ ਵੇ ਕੱਢੀ ਜਾਣ ਦਿੰਦਾ ਗਾਲਾਂ ਵੇ ਪੁੱਤ ਮੈਂ ਤੇ ਤੇਰੀ ਭਾਬੀ ਲੋਕਾਂ ਦਾ ਗੋਹਾ ਕੂੜਾ ਕਰਕੇ ਘਰ ਦਾ ਖਰਚ ਕਿੱਥੋਂ ਚਲਾਵਾਂਗੀਆਂ ਤੇਰੇ ਵੀਰ ਦੀ ਤਾਂ ਉਹੀ ਟੁੱਟਵੀਂ ਦਿਹਾੜੀ ਹੈ ਤੈਨੂੰ ਕੰਮ ਛੱਡ ਕੇ ਨਹੀਂ ਸੀ ਆਉਣਾ ਚਾਹੀਦਾ ਬੇਬੇ ਜੇ ਤੂੰ ਕਹਿੰਦੀ ਆ ਨਾ ਮੈਂ ਕੱਲ੍ਹ ਨੂੰ ਕੰਮ 'ਤੇ ਚਲਾ ਜਾਊਂਗਾ ਨੀ ਕੁੜੇ ਬਹੂ ਨੀ ਜਾ ਦੁੱਧ ਫੜ ਲਿਆ ਬੇਬੇ ਜੀ ਦੁੱਧ ਲਈ ਪੈਸੇ ਤਾਂ ਹੈ ਨੀ ਨੀ ਕਿਸੇ ਗੋਹੇ ਕੂੜੇ ਵਾਲੇ ਘਰ ਦਾ ਮਿੰਤ ਤਰਲਾ ਕਰ ਲਈ ਮੁੰਡੇ ਨੂੰ ਤਾਂ ਆਪ ਚੜਿਆ ਦੁੱਧ ਪਿਲਾਉਣਾ ਜਾ ਜਾ ਮੇਰੀ ਸਿਆਣੀ ਧੀ ਚੱਲ ਪੁੱਤ ਬਾਰੂ ਦਾ ਭਰਾ ਦਿਹਾੜੀ ਤੋਂ ਆਇਆ ਘਰ ਵਾਲੀ ਨੂੰ ਦੁੱਧ ਲਈ ਪੈਸੇ ਦੇ ਕੇ ਬਾਰੂ ਦੀ ਥਾਂ ਬਾਗਾਂ ਦੀ ਰਾਖੀ ਨੂੰ ਚਲਾ ਗਿਆ ਬਾਰੂ ਨੂੰ ਅੱਧਾ ਕਪਾਹ ਦੁੱਧ ਪਿਆ ਦਿੱਤਾ ਗਿਆ ਪਰ ਉਸ ਰਾਤ ਸਾਰੇ ਟੱਬਰ ਨੇ ਪਾਣੀ ਨਾਲ ਰੋਟੀ ਲੰਘਾਈ ਬਾਰੂ ਸੌਂ ਤਾਂ ਗਿਆ ਪਰ ਅੱਧੀ ਕੁ ਰਾਤ ਜਦੋਂ ਉਸਦੀ ਅੱਖ ਖੁੱਲ੍ਹੀ ਤਾਂ ਆਓ ਉਹ ਪਾਣੀ ਪੀਣ ਲਈ ਉੱਠਣ ਲੱਗਾ ਉਸ ਨੂੰ ਚੱਕਰ ਜਿਹਾ ਆਇਆ ਬਾਰੂ ਲੰਮਾ ਪੈ ਗਿਆ ਅਤੇ ਪਿਆ ਪਿਆ ਤਾਰਿਆਂ ਵੱਲ ਵੇਖਣ ਲੱਗਾ ਤਾਰੇ ਜਿਵੇਂ ਉਹਦੇ ਨਾਲ ਗੱਲਾਂ ਕਰ ਰਹੇ ਹੋਣ ਉਸ ਨੂੰ ਕੁਝ ਕਹਿ ਰਹੇ ਹੋਣ ਲਓ ਸੁਣਦੇ ਹਾਂ ਕਿ ਤਾਰੇ ਉਸ ਬੱਚੇ ਨੂੰ ਕੀ ਕਹਿ ਰਹੇ ਸੀ ਹਰ ਸਮਾਜ ਵਿੱਚ ਦੋ ਜਮਾਤਾਂ ਹੁੰਦੀਆਂ ਨੇ ਅਮੀਰ ਤੇ ਗਰੀਬ ਤੇ ਸਾਡੇ ਵੀ ਤਾਂ ਇਦਾਂ ਹੀ ਆ ਨਹੀਂ ਸਾਡੇ ਹਿੰਦੁਸਤਾਨ ਵਿੱਚ ਤਾਂ ਅਨੇਕਾਂ ਜਾਤਾਂ ਨੇ ਇਸ ਦੇਸ਼ ਵਿੱਚ ਆਰਿਆ ਲੋਕਾਂ ਨੇ ਆ ਕੇ ਇੱਥੋਂ ਦੇ ਲੋਕਾਂ ਨੂੰ ਅਨੇਕਾਂ ਜਾਤਾਂ ਵਿੱਚ ਵੰਡ ਦਿੱਤਾ ਚੂੜੇ ਚਮਾਰ ਘੁਮਿਆਰ ਛੀਂਬੇ ਨਾਈ ਅਤੇ ਇਹਨਾਂ ਵਰਗੇ ਹੋਰ ਲੋਕਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਸਾਰੇ ਨੀਵੀਂ ਜਾਤੀ ਦੇ ਹੋ ਅੱਛਾ ਫਿਰ ਫਿਰ ਇਸ ਤਰ੍ਹਾਂ ਦਾ ਸਮਾਂ ਆਇਆ ਕਿ ਜਦ ਨੀਵੀਂ ਜਾਤੀ ਦੇ ਲੋਕ ਪੜ੍ਹਦੇ ਸਨ ਤਾਂ ਇਹਨਾਂ ਦੀ ਜ਼ਬਾਨ ਕੱਟ ਦਿੱਤੀ ਜਾਂਦੀ ਸੀ ਸੱਚੀ ਇਹ ਲੋਕ ਜਦ ਵੇਦ ਸੁਣਦੇ ਤਾਂ ਇਹਨਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਅੱਛਾ ਤੇ ਉਸ ਤੋਂ ਬਾਅਦ ਲੱਖਾਂ ਭਗਤਾਂ ਪੀਰਾਂ ਫਕੀਰਾਂ ਸਮਾਜ ਸੁਧਾਰਕਾਂ ਤੇ ਗੁਰੂ ਸਾਹਿਬਾਨਾਂ ਨੇ
ਇਹਨਾਂ ਗਰੀਬ ਲੋਕਾਂ ਨੂੰ ਨਰਕ ਚੋਂ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਨਹੀਂ, ਕੁਝ ਵੀ ਨਹੀਂ ਬਦਲਿਆ। ਅੱਜ ਵੀ ਸਭ ਕੁਝ ਉਵੇਂ ਹੀ ਹੈ। ਤਾਰਿਆਂ ਨਾਲ ਗੱਲਾਂ ਕਰਦੇ ਕਰਦੇ ਸਵੇਰ ਹੋ ਗਈ। ਬਾਰੂ ਮੁੜ ਬਾਗਾਂ ਵੱਲ ਤੁਰ ਪਿਆ। ਦੋਸਤੋ, ਖੁਦ ਸੋਚ ਕੇ ਦੇਖੋ, ਜੇ ਸਾਡਾ ਬੱਚਾ ਬਿਮਾਰ ਹੋਏ, ਸਕੂਲ ਨਹੀਂ ਭੇਜਦੇ, ਅਸੀਂ ਘਰ ਰੱਖਦੇ ਹਾਂ। ਮਾਵਾਂ ਬੱਚਿਆਂ ਨੂੰ ਬੁੱਕਲ 'ਚ ਲੈ ਕੇ ਰੱਖਦੀਆਂ ਨੇ ਅਗਰ ਬਿਮਾਰ ਹੋਣ, ਉਹਨਾਂ ਦਾ ਇਲਾਜ ਕਰਵਾਉਂਦੀਆਂ ਨੇ। ਪਰ ਇਸ ਗਰੀਬ ਮਾਂ ਨੇ ਮਜਬੂਰੀ ਦੇਖੋ ਬੱਚੇ ਨੂੰ ਕੰਮ 'ਤੇ ਤੋਰ ਦਿੱਤਾ। ਕਹਿੰਦੀ ਘਰ ਦਾ ਗੁਜ਼ਾਰਾ ਕਿਵੇਂ ਚੱਲੂ। ਆਹ ਲਓ ਜੀ, ਸ਼ਾਹ ਜੀ, ਬੜੇ ਵੱਡੇ ਬਹਾਦਰ ਸ਼ਾਹ ਜੀ ਵੀ ਦਿਨ ਚੜ੍ਹੇ ਆ ਗਏ ਨੇ ਆਪਣੇ ਬਾਗਾਂ ਦੀ ਹਾਲਤ ਦੇਖਣ। ਮੇਰੇ ਬਾਗ ਦਾ ਸਹੀ ਸਲਾਮਤ ਹੈ। ਉਹ ਸ਼ਾਹ ਜੀ, ਤੁਹਾਡੇ ਬਾਗ ਸਹੀ ਸਲਾਮਤ ਹੀ ਚਾਹੀਦੇ ਆ, ਹੋਰ ਕੋਈ ਮਰਦਾ ਮਰੇ ਤੁਹਾਨੂੰ ਕੀ। ਕਿਰਪਾ ਹੋ ਗਈ, ਕਿਰਪਾ ਮੇਰੇ ਤੇ। ਜੈ ਲਕਸ਼ਮੀ, ਜੈ ਲਕਸ਼ਮੀ, ਜੈ ਲਕਸ਼ਮੀ। ਓਏ, ਉਹ ਆ ਕਿਹੜਾ ਤੁਰਿਆ ਫਿਰਦਾ? ਓਏ ਬਾਰੂ, ਉਹ ਤੂੰ ਆ ਗਿਆ? ਓਏ ਜੀ ਸ਼ਾਹ ਜੀ। ਉਹ ਕੱਲ ਤਾਂ ਬੜਾ ਕਹਿੰਦਾ ਸੀ, ਸ਼ਾਹ ਜੀ ਮੈਨੂੰ ਗਾਲਾਂ ਨਾ ਕੱਢੋ, ਮੈਂ ਕੰਮ ਛੱਡ ਕੇ ਚਲਾ ਜਾਊਂਗਾ। ਹੁਣ ਸ਼ਾਹ ਜੀ, ਬੇਬੇ ਕਹਿੰਦੀ ਸੀ ਗਾਲਾਂ ਨਾਲ ਕਿਹੜਾ ਟੰਗ ਟੁੱਟਦੀ ਆ, ਨਾਲੇ ਸਾਨੇ ਗਰੀਬਾਂ ਨੂੰ ਤਾਂ ਗਾਲਾਂ ਸੁਣਨੀਆਂ ਹੀ ਪੈਣੀਆਂ। ਉਹ ਸਹੀ ਕਹਿੰਦੀ ਹੈ, ਸਹੀ ਤੇਰੀ ਬੇਬੇ, ਤੇਰੀ ਤਾਂ ਮੱਤ ਗਿੱਟਿਆ ਚ ਗਿੱਟਿਆ ਚ, ਸਿੱਖ ਆਪਣੀ ਬੇਬੇ ਤੋਂ ਕੁਛ। ਸ਼ਾਹ ਕਹਿੰਦਾ ਹੈ ਕਿ ਤੇਰੀ ਅਕਲ ਗਿੱਟੇ ਚ। ਜਿਸ ਦਿਨ ਅਣਖ ਜਾਗ ਪਈ ਬਾਰੂ ਵਰਗੇ ਗਰੀਬਾਂ ਦੀ, ਫੇਰ ਤਖਤੇ ਪਲਟੇ ਜਾਣਗੇ ਇਹਨਾਂ ਅਮੀਰਾਂ ਦੇ ਤੇ ਇਸ ਤਰ੍ਹਾਂ ਦੇ ਸ਼ਾਹਾਂ ਦੇ ਤੇ ਨਾਲ ਹੀ ਸਰਮਾਏਦਾਰਾਂ ਦੇ। ਬਈ ਦੇਖ, ਕੱਲ ਦੀ ਦਿਹਾੜੀ ਤਾਂ ਤੇਰੀ ਕੱਟੀ ਗਈ, ਪਰ ਹਾਂ, ਅੱਗੇ ਤੋਂ ਖਿਆਲ ਰੱਖੀ ਸ਼ਾਹਾਂ ਨਾਲ ਪੰਗਾ ਨਾ ਲਈ। ਚੰਗਾ, ਮੈਂ ਚੱਲਦਾ, ਬਾਗਾਂ ਦਾ ਖਿਆਲ ਰੱਖੀ। ਬੇਬੇ ਨਹੀਂ ਆਉਂਦੀ, ਦੀਦੀ ਕਹਿੰਦੀ ਸੀ ਪੁੱਤ ਤੂੰ ਬਾਗਾਂ ਦੀ ਰਾਖੀ ਕਾਂਜਾ, ਤੇਰੇ ਵਾਸਤੇ ਖਿਚੜੀ ਲੈ ਕੇ ਆਊ, ਨਾਲੇ ਤਾਪ ਦੀ ਦਵਾਈ ਲੈ ਕੇ ਆਊ। ਪਤਾ ਨਹੀਂ ਘਰੇ ਖਿਚੜੀ ਜੋਗਾ ਸਮਾਨ ਹੋਊ ਜਾਂ ਨਹੀਂ ਹੋਊ, ਤਾਪ ਨੂੰ ਲਿਆਉਣ ਜੋਗੀ ਦਵਾਈ ਨੂੰ ਪੈਸੇ ਹੋਣਗੇ ਜਾਂ ਨਹੀਂ ਹੋਣਗੇ। ਚੱਲ ਇੱਦਾਂ ਕਰਦਾ, ਰਾਖੀ ਕਰਦਾ। ਅੱਜ ਫੇਰ ਬਾਰੂ ਦੀ ਰੋਟੀ ਨਹੀਂ ਆਈ ਉਹਦੇ ਘਰੋਂ। ਮਿੱਠੂਆ, ਹੁਣ ਤਾਂ ਬਾਹਲੀ ਭੁੱਖ ਲੱਗੀ ਆ, ਇੱਦਾਂ ਕਰਦਾ ਲੁਕਾਠਾਂ ਹੀ ਖਾ ਲੈਂਦਾ। ਮਜਬੂਰ ਹੋ ਕੇ ਬੱਚੇ ਨੂੰ ਫੇਰ ਲੁਕਾਠਾਂ ਖਾਣੀਆਂ ਪਈਆਂ। ਉਹਨੂੰ ਫੇਰ ਤਾਪ ਚੜ੍ਹਨਾ ਸ਼ੁਰੂ ਹੋ ਗਿਆ। ਬਾਰੂ ਦਾ ਤਾਪ ਤੇਜ਼ ਹੁੰਦਾ ਜਾ ਰਿਹਾ ਸੀ, ਤਾਪ ਉਹਦੇ ਦਿਮਾਗ ਨੂੰ ਚੜ੍ਹਨਾ ਸ਼ੁਰੂ ਹੋ ਗਿਆ ਤੇ ਬਾਰੂ ਉੱਚੀ ਉੱਚੀ ਗਾਲਾਂ ਕੱਢਣ ਲੱਗ ਪਿਆ। ਉਹ ਬੱਚਾ ਮਰ ਗਿਆ, ਬਾਰੂ ਮਰ ਗਿਆ। ਬਾਰੂ ਸਾਰੀ ਰਾਤ ਵਿਲਕਦਾ ਰਿਹਾ, ਪਰ ਉਹਦੀ ਮਦਦ ਨੂੰ ਕੋਈ ਨਾ ਆਇਆ। ਉਹ ਤਾਰੇ ਜੋ ਉਸਨੂੰ ਕਹਾਣੀ ਸੁਣਾਇਆ ਕਰਦੇ ਸੀ, ਉਸਨੂੰ ਦੇਖ ਕੇ ਸਾਰੀ ਰਾਤ ਰੋਂਦੇ ਰਹੇ, ਪਰ ਕੋਈ ਵੀ ਇਨਸਾਨ ਬਾਰੂ ਦੀ ਮਦਦ ਨੂੰ ਨਾ ਆਇਆ। ਸਵੇਰ ਨੂੰ ਬਾਰੂ ਦੀ ਲਾਸ਼ ਦੇ ਆਲੇ ਦੁਆਲੇ ਲੋਕਾਂ ਦਾ ਇਕੱਠ ਹੋ ਗਿਆ। ਉਹੀ ਜਾਲੀ ਜਿਹੇ ਪੜ੍ਹੇ ਲਿਖੇ ਲੋਕ, ਸ਼ਹਿਰੀ ਬਾਬੂ ਮਰੇ ਬੱਚੇ ਕੋਲ ਗੱਲਾਂ ਕਰ ਰਹੇ ਨੇ, ਸੁਣਦੇ ਆ ਕੀ ਗੱਲ ਹੋ ਰਹੀ ਹੈ। ਅਰੇ ਭਾਈ, ਇਹ ਤੋ ਪੁਲਿਸ ਕਾ ਕੇਸ ਲਗਤਾ ਹੈ, ਕੋਈ ਪੁਲਿਸ ਕੋ ਫੋਨ ਕਰੋ। ਲਗਤਾ ਹੈ ਕੋਈ ਜਾਨਵਰ ਨੇ ਮਾਰ ਡਾਲਾ, ਯਾ ਫਿਰ ਸਾਂਪ ਨੇ ਵੀ ਕਾਟਾ ਹੋ ਸਕਦਾ ਹੈ। ਕਹਿੰਦੇ ਜਾਨਵਰ ਨੇ ਮਾਰਿਆ,
ਕੋਈ ਕਹਿੰਦਾ ਸੱਪ ਲੜਿਆ ਹੋਊ, ਪਰ ਇਹਨਾਂ ਲੋਕਾਂ ਨੂੰ ਕੀ ਪਤਾ ਕਿ ਬਾਰੂ ਨੂੰ ਤਾਂ ਭੁੱਖ ਅਤੇ ਗਰੀਬੀ ਦੇ ਕਾਲੇ ਨਾਗ ਨੇ ਡੰਗਿਆ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇਹ ਬੱਚਾ ਭੁੱਖ ਨਾਲ ਮਰਿਆ? ਸੋਚ ਕੇ ਦੇਖੋ ਜ਼ਰਾ। ਅਤੇ ਇਸ ਨੂੰ ਮਾਰਨ ਵਾਲਾ, ਇਹਦਾ ਅਸਲੀ ਕਾਤਲ ਹੈ ਬਾਗਾਂ ਦਾ ਮਾਲਕ, ਉਹ ਸ਼ਾਹ ਜੋ ਆਪਣੇ ਘਰ ਸੁੱਤਾ ਪਿਆ ਹੈ। ਕਦ ਤੱਕ ਸੁੱਤਾ ਰਹੇਗਾ ਉਹ ਸ਼ਾਹ ਅਤੇ ਇਹਦੇ ਵਰਗੇ ਹੋਰ ਸ਼ਾਹ? ਦਰਸ਼ਕੋ, ਇਹ ਤਾਂ ਸੀ ਸਿਰਫ ਇੱਕ ਬਾਰੂ ਦੀ ਕਹਾਣੀ। ਹੁਣ ਅਸੀਂ ਇਹ ਚਾਹਵਾਂਗੇ ਕਿ ਤੁਸੀਂ 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 ਸਾਰੇ ਅਤੇ ਅਸੀਂ ਸਾਰੇ ਆਪਣੇ ਆਲੇ ਦੁਆਲੇ ਦੇਖੀਏ, ਕਿਸੇ ਨਾ ਕਿਸੇ ਰੂਪ ਵਿੱਚ ਸਾਨੂੰ ਬਾਰੂ ਜ਼ਰੂਰ ਨਜ਼ਰ ਆਏਗਾ। ਉਸ ਤੋਂ ਬਾਅਦ ਸਾਡੇ ਆਪਣੇ ਅਖਤਿਆਰ ਵਿੱਚ ਹੈ ਕਿ ਅਸੀਂ ਬਾਰੂ ਵਰਗੇ ਕਿਰਦਾਰਾਂ ਨੂੰ ਦੇਖ ਕੇ ਸ਼ਹਿਰੀ ਬਾਬੂਆਂ ਵਾਂਗ ਦਿਮਾਗਾਂ ਨੂੰ ਤਾਲਾ ਮਾਰਨਾ ਹੈ, ਜਾਂ ਫਿਰ ਸ਼ਹੀਦ ਭਗਤ ਸਿੰਘ ਅਤੇ ਹੋਰ ਇਨਕਲਾਬੀਆਂ ਦੀ ਸੋਚ ਨੂੰ ਪੱਲੇ ਬੰਨ ਕੇ ਬਾਰੂ ਵਰਗੇ ਮਜ਼ਲੂਮਾਂ ਨੂੰ ਬਚਾਉਣ ਲਈ ਰਲ ਮਿਲ ਕੇ ਹੰਭਲਾ ਮਾਰਨਾ ਹੈ। ਥੈਂਕ ਯੂ ਵੈਰੀ ਮੱਚ। ਅਗਰ ਸਾਰੇ ਜਿਹੜੇ ਸਾਡੇ ਪਾਰਟੀਸੀਪੈਂਟਸ ਹਨ ਉਹ ਇੱਥੇ ਮੌਜੂਦ ਹਨ, ਤਾਂ ਰਿਕੁਐਸਟ ਹੈ ਕਿ